वाहेगुरु जी का खालसा, वाहेगुरु जी की फतेह। परमात्मा की अरदास है कि तुसी हमेशा खुश रहो, तंदुरुस्त रहो ते चढ़दियां कलां दे विच रहो जी। थोड़ा सारयां नूं पता भी नानके असीं पहुंचे हुए हैं। पुरानियां बचपन दियां सारियां यादां ताजियां हो रही हैं। मैं अपनी नानी नूं कहा करदा, नानी कोई सब्जी बना ला। नानी ने दो कंबियां तोड़नियां जदे सब्जी दो मिंटां दे विच घोड़ मोड़ जा करके इन्नी सुआद लगनी, खट्टी मिठी। उन्हों मतलब सब्जी का नाम बौंजी कहते हैं, इधर बौंजी बौंजी बनाई कहते। इधर लोग कहते बौंजी बनाई, अगला दो अंबिया तोड़ता जैसे लिया के तड़का ला दिता। पिछे जी असी वीडियो बना के पाई भी सी अंबिया की सब्जी किमें बनती है सुखबीर से, पर जानी वो चीज़ की सब तो पहला जो असी जिंदगी दे विच मैं खाधी तो वह इतने खाधी है। तो उस तो बाद सुखबीर ने मेरे घर खाधी उत्थे, है ना। तो अज वो सब्जी आप बनावे जिहड़ी कि अंबां दी बनदी है सब्जी। मतलब अंब पक्कण दी तदार पर होवे, जे कच्चे अंब मम्मी तां उहनां नूं उबाल लैणा, है ना। तां उहनां नूं उबाल लैणा, उबालण ते बाद विच फिर उह थोड़े थोड़े मतलब पक जांदे ने, फिर उहदा खट्टा मिठा जिहा भर के सारा कुछ हिसाब किताब बराबर हो जांदा। ते जिवें कि इह अंब है, इह अच्छा उपर ते छिलणे सारे हैं, छिलणे पैणे क्योंकि थोड़े जिहे नरम ने, इह मतलब गद्दर कहिंदे। ओके 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 ओके, समझ गया मैं गल। ते हुण सुखबीर लगी भी चार अंबां दी सब्जी बनावांगे ते शाम नूं आराम नाल बैठ के खावांगे। ते जिहड़ी साडी चटणी है, चटनी का स्वाद है जिहड़ा हुण गर्म गर्म का हल उन्ना स्वाद साडे कोल आया नहीं। तो मतलब कहिंदा वा है, देखण नूं बड़ी स्वाद लगन लग गई। जे गल करिए तो किसी ने थोड़ी जिही मिर्च बारे कहता, मैं थोड़ा जिहा लूण बारे कहता, सुखबीर कहिंदे थोड़ा जिहा मिठा मैनूं घट लगता। जानी इदां दा करके हल मामी कहिंदी माड़ा जिहा ठंडी तां हो लैण दो हुण, कहिंदी फिर मैनूं कोचा तुसीं पहले ला के कढ़ना। सो चलो हुण ठंडी होए ते बाद विच फिर मामी नूं शाबाश बणदी जिहड़ी दवांगे। तो मेरी मासी हो गई, सुखबीर हो गई, इन्हां ने हिम्मत अज सवेर दी इन्हें बहुत करी ਤਾਂ ਜਾ ਕੇ ਸ਼ਾਮ ਨੂੰ ਚਟਣੀ ਬਣੀ। ਭਾਈ ਸਭ ਤੋਂ ਜ਼ਿਆਦਾ ਮਾਮੀ ਜੀ ਨੇ ਹਿੰਮਤ ਕਰੀ ਆ, ਇਹ 'ਚ ਕੋਈ ਸ਼ੱਕ ਨਹੀਂ। ਇਹਨਾਂ ਨੂੰ ਜ਼ਿਆਦਾ ਮੈਡਲ ਮਿਲਣਾ ਚਾਹੀਦਾ, ਮੈਡਲ ਦਾ ਚਲੋ ਮੈਡਲ ਮਿਲਣਾ ਚਾਹੀਦਾ। ਅਤੇ ਰਿਸ਼ਤੇਦਾਰ ਤਾਂ ਸਾਡੇ ਫੋਨ ਵੀ ਲੱਗ ਗਏ ਕਰਨ, ਸਾਡੇ ਜੋਗੀ ਲਿਆ, ਸਾਡੇ ਜੋਗੀ ਸਾਨੂੰ ਵੀ ਦਿਓ ਜ਼ਰੂਰ, ਯੇ ਵੋ ਅਮਕਾ ਟਿਮਕਾ। ਚਲੋ ਕੋਈ ਗੱਲ ਨਹੀਂ, ਉਹ ਮੈਟਰ ਜੁਦਾ ਹੋਊਗਾ ਵੀ ਕਿਹਨੂੰ ਦੇਣੀ ਕਿਹਨੂੰ ਨਹੀਂ ਦੇਣੀ। ਮਾਸੀ ਕਹਿੰਦੀ ਰਿਸ਼ਤੇਦਾਰਾਂ ਤੋਂ ਦੂਰ ਰੱਖਿਓ, ਇਹ ਵਰਜਿਤ ਚੀਜ਼ ਆ ਇਹ, ਸਾਡੀ ਮਾਸੀ ਹੋਏ ਕਹਿੰਦੀ ਆ। ਹੁਣ ਮਾਮੀ ਮਾਮੀ ਲੱਗੀ ਕੱਦੂ ਬਣਾਉਣਾ, ਹੈ ਨਾ। ਪਾਤਾ ਜੀਰਾ ਜੂਰੇ ਦੇ ਵਿੱਚ, ਮੇਥੇ ਜੀਰੇ ਪੈ ਗਿਆ, ਪਿਆਜ਼ ਕੱਟ ਕੇ ਵਿੱਚ ਪੈ ਗਿਆ, ਅਤੇ ਆਹ ਪਿਆਜ਼ ਸਾਨੂੰ ਦਿੱਤੇ ਦੇ ਹੁਣ ਬੌਂਜੀ ਜੀ। ਮੰਮੀ ਇਹ ਆਹ ਲਸਣ ਵਾਲਾ ਇੱਧਰ ਰਹਿ ਗਿਆ, ਬੌਂਜੀ ਜੀ ਵੀ ਲਸਣ ਪੈਣੇ ਆ। ਅੱਛਾ ਇੱਧਰ ਵੀ ਕੁੱਟ ਕਟਾਈ ਹੋਣੀ ਹਾਲ, ਥੋੜਾ ਜਿਹਾ ਇਹਨੇ ਕੁੱਟ ਕੇ ਪਾਉਣਾ ਵਿੱਚ ਮਸਾਲਾ। ਹਾਂ ਉਹਦਾ ਤਿਆਰ ਤਾਂ ਹਲ ਜੁਦਾ ਹੋਣਾ ਨਾ। ਹਾਂ ਇਹਦਾ ਹਲੇ ਤਿਆਰ ਕਰ ਲੈ। ਅੱਛਾ ਦੇਖੋ ਜੀ, ਹੁਣ ਮੈਂ ਤੁਹਾਨੂੰ ਦਿਖਾਉਂਦਾ ਵੀ ਸੁਖਬੀਰ ਕੀ ਲੱਗੀ ਵੀ ਕਰਨ ਅੰਬੀਆਂ ਦਾ ਕਚੋੜ ਮਚੋੜ। ਤੇ ਆਏ ਕੱਢ ਕੇ ਨਹੀਂ ਵੀ ਚਿਕਣਾ ਆਪਾਂ, ਮਤਲਬ ਕਿ ਜਿਹੜੇ ਜੂਸ ਕੱਢਣੇ ਵਾਲੇ ਅੰਬੀ ਦਾ ਕਿਆ ਗਿਦੋ ਗਿਦੋ ਜੀ ਲੈਂਦੇ ਹੁੰਦੇ ਨਾ, ਉਹ ਕੱਢ ਲਈ ਬਸ, ਉਹ ਚੀਜ਼ ਕੱਢ ਲਈ ਉੱਪਰ ਦੇ ਅੰਬੀ ਨੂੰ ਛਾਂਕ ਕੇ। ਅਤੇ ਮਿੱਠੀ ਅੰਬੀ ਹੈ ਇਹ ਅੰਬੀ, ਉਹ ਸਾਡੇ ਦੂਏ ਮਾਮੇ ਕੋਲ ਤੇ ਆਈ, ਜਿਹੜਾ ਪਰਸ਼ੋਤਮ ਸਿੰਘ ਮਾਮਾ ਇੱਕ ਹੋਰ ਤੁਹਾਨੂੰ ਪਹਿਲੀ ਪਿਛਲੀ ਵੀਡੀਓ ਵਿੱਚ ਦਿਖਾਇਆ ਸੀਗਾ, ਇਹ ਅੰਬੀ ਆਉਂਦੇ ਕੋਲ ਤੇ ਆ। ਬਾਕੀ ਇੱਥੇ ਪੱਕੀਆਂ ਹੋਈਆਂ ਅੰਬੇ ਸਨ, ਉਹ ਥੋੜ੍ਹੀ ਜਿਹੀ ਉੱਚਾ ਸੀਗਾ ਅੰਬ, ਤੁਹਾਨੂੰ ਦਿਖਾ ਦਿੰਦਾ ਮੈਂ, ਇਹ ਅੰਬ ਦੇ ਉੱਪਰ ਲੱਗੀਆਂ ਹੋਈਆਂ, ਪਰ ਉੱਥੇ ਸਾਤੇ ਪਹੁੰਚ ਨਹੀਂ ਹੋਇਆ। ਫਿਰ ਅਸੀਂ ਕਿਹਾ ਵੀ ਚੱਲ ਛੱਡ ਕਾਨ ਚੱਕਰਾਂ 'ਚ ਪੈਣਾ, ਫਿਰ ਇਹਦੇ ਨਾਲ ਤਾਂ ਮਹਾਂ ਵੀ ਉਹ ਦੂਈ ਅੰਬਾਂ ਦੀ ਬਣਾ ਲੈਣਾ। ਲਓ ਜੀ ਜਦ ਨੂੰ ਸੁਖਬੀਰ ਇਹ ਕੱਟਦੀਆਂ, ਥੋੜ੍ਹਾ ਉਹ ਕਿੱਥੇ ਪਿਆ ਮਾਮੀ ਉਹ ਕੱਦੂ ਅੰਦਰ ਪਿਆ ਮਿਲਦਾ, ਹੈ ਨਾ। ਖੜ ਜਾ ਮੈਂ ਫੜਾਉਂਦਾ ਚੱਕ ਕੇ। ਹਾਂ ਹਾਂ ਪਿਆ। ਲਓ ਜੀ ਕੱਦੂ ਵੀ ਛੋਟਾ ਛੋਟਾ ਕੱਟਿਆ ਵਾ ਸੁਖਬੀਰ ਨੇ, ਯਾਰ ਮਾਸੀ ਰਾਣੇ ਦੁਕਾਨ ਕੱਟੇ ਦਾ ਵਿਚਾਰੀ ਨੇ ਰਲ ਕੇ। ਆ ਲਓ ਇਹ ਤੋੜ, ਓ ਗੁੱਡ ਜੋਬ, ਚਲੋ ਠੀਕ ਆ। ਬਾਅਦ ਵਿੱਚ ਵੀ ਧੋ ਲੈਣਾ ਚਾਹੀਦਾ, ਇਹੋ ਜਿਹੀ ਗੱਲ ਨਹੀਂ ਕੋਈ ਵੀ, ਧੋ ਕੇ ਪਾ ਦੀ ਚਾਹੇ। ਬਾਕੀ ਆਹ ਚਟਣੀ ਤਾਂ ਮਾਮੀ ਦੇਖਣ ਨੂੰ ਬਾਹਲੀ ਹੋ ਜ਼ਿਆਦਾ ਸਵਾਦ ਲੱਗਦੀ ਹੈ, ਬਾਕੀ ਦੇਖਦੇ ਹਾਂ ਕਹਾਂ ਹੁਣ ਰੋਟੀ ਦੇ ਨਾਲ ਖਾ ਕੇ ਕਿਆ ਬਣਦਾ, ਜਦ ਤਾਂ ਠੰਡੀ ਹੋਏ ਜਾਣੀ ਆ ਉਹ ਰੋਟੀ ਦੇ ਟਾਈਮ ਤੱਕ ਤਾਂ। ਹਾਂ ਮਾਸੀ ਜਾ ਕਹਿੰਦੀ ਹੁਣ, ਮਾਸੀ ਮਾਸੀ ਮੇਰੀ ਗੱਲ ਸੁਣ, ਤੂੰ ਮੈਨੂੰ ਇਹ ਦੱਸ ਵੀ ਜਿਹੜੀ ਬੌਂਜੀ ਹੈ ਤੈਂ ਕਿੰਨੀ ਕੁ ਵਾਰ ਬਣਾ ਕੇ ਖਿਲਾਈ ਅੱਜ ਤੱਕ ਆਪਣੇ ਇੱਥੇ ਬਿੰਦਰਖ। ਇਹ ਭਾਈ ਮੇਰੀ ਮਾਸੀ, ਤੁਹਾਨੂੰ ਮੈਂ ਦੱਸਣਾ ਬਿੰਦਰਖੀ ਇਹਦੇ ਪਿੰਡ ਦੀ ਹੈ। ਬਿੰਦਰਖੀ ਆ ਇਹਨੂੰ ਕਿਆ ਕਰਦਾ ਤਾਂ ਕਿ ਚਾਚੀ 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 ਕਰਦਾ ਹੁੰਦਾ ਤਾਂ ਇਹਨੂੰ ਉਹ। ਹਾਂ ਮੈਨੂੰ ਦੱਸੂਗੀ ਮਾੜੀ ਜੀ, ਤੈਂ ਬੌਂਜੀ ਕਿੰਨੀ ਖਿਲਾਤੀ ਅੱਜ ਤੱਕ ਆਪਣੇ ਬੱਚਿਆਂ ਨੂੰ? ਮੈਂ ਨਹੀਂ ਬਣਾਈ ਕਦੇ। ਹਾਂ ਉਹ ਤੇਰਾ ਭਲਾ ਹੋ ਜੇ, ਪਹਾੜੀ ਕੋਈ ਪਹਾੜੀ ਖਾਣਾ ਲੈ ਗਈ ਨੀ ਗਈ ਇੱਥੇ ਨੂੰ ਕੋਈ? ਬਸ ਉੱਥੇ ਤਾਂ ਪੰਜਾਬ ਜਾ ਕੇ ਪੰਜਾਬਣ ਬਣ ਗਈ ਤੂੰ। ਹੈਂ ਮੈਂ ਨਹੀਂ ਛੱਡਦਾ, ਮੈਂ ਤਾਂ ਪੂਰੇ ਪੰਜਾਬ ਜਿਹੜਾ ਵੀ ਮਾਮੇ ਨੇ ਉਰੇ ਖਾਧਾ ਪੀਤਾ ਮੈਨੂੰ ਖਿਲਾਇਆ, ਮੈਂ ਤਾਂ ਸਭ ਬਣਾ ਬਣਾ ਕੇ ਖਿਲਾਉਂਦਾ ਉੱਥੇ। ਅੱਛਾ ਹਾਂ, ਚੱਕ ਦੂੰ ਫੱਟੇ ਕਿੱਲੀਆਂ ਐਨ ਛੁਕੜੂ ਚੁਕ ਚੁਕੜੂ ਸਾਰਾ ਕੁਝ ਹਿਮਾਚਲੀ ਖਾਣਾ ਮੇਰੇ ਤੇ ਪੁੱਛ ਕੇ ਦੇਖੋ। ਪਿੱਛੇ ਜੇ ਮੈਂ ਕਿਹਾ ਮਹਾਂ ਵੀ ਅਸੀਂ ਖੈਰੂ ਲੱਗੇ ਬਣਾਉਣ, ਮਾਸੀ ਖੈਰੂ ਕਿਹਨੂੰ ਕਹਿੰਦੇ ਹੁੰਦੇ ਪਹਿਲਾਂ? ਖੈਰੂ ਤਾਂ ਬਣਾ ਹੁੰਦੇ ਅਸੀਂ। ਹਾਂ ਖੈਰੂ ਕਿਆ ਹੁੰਦਾ ਪਹਿਲਾਂ? ਉਹ ਲੱਸੀ ਦਾ।
ਤੈਨੂੰ ਮੈਨੂੰ ਪਤਾ ਖੈਰੂ ਲੋਕਾਂ ਨੂੰ ਕਿਹਾ ਸੀ ਲੱਗੇ ਜੀ ਖੈਰੂ ਬਣਾਉਣ, ਕਹਿੰਦੇ ਖੈਰੂ ਕਿਆ ਹੁੰਦਾ ਲੋਕਾਂ ਨੂੰ ਲੱਗਿਆ ਪਤਾ ਜਦ ਬੰਗਾ ਪੈ ਗਿਆ ਸਾਡਾ ਲੋਕਾਂ ਵਾਲਾ ਤਾਂ ਜਦ ਖੈਰੂ ਵਾਲੀ ਗੱਲ ਹੋਈ ਹੈ। ਸੋ ਦੇਖਦੇ ਹੁਣ ਅੱਗੇ ਅਗਲਾ ਪ੍ਰੋਸੈਸ ਤੁਹਾਨੂੰ ਦਿਖਾਉਂਦਾ ਵੀ ਹਾਲ ਜਦ ਨੂੰ ਛਿੱਲ ਛਿਲਾਈ ਹੁੰਦੀ ਆ ਮਾਮੀ ਨੇ ਧਰ ਦੇਣਾ ਹੈਗਾ ਇਹ ਹਾਂ ਕੱਦੂ, ਜਦ ਨੂੰ ਮਾਮੀ ਨੇ ਕੱਦੂ ਧਰ ਦੇਣਾ ਅਤੇ ਤੁਸੀਂ ਹਾਲ ਦੋ ਚਾਰ ਮਿੰਟ ਵੇਟ ਕਰੋ, ਤੁਹਾਨੂੰ ਅਸਲ ਵਿੱਚ ਇਹ ਅੰਬਿਆਂ ਦੀ ਸਬਜ਼ੀ ਬਾਰੇ ਤੁਹਾਨੂੰ ਦੱਸਣਾ ਆਪਾਂ ਨੇ। ਲਓ ਜੀ ਸੁਖਵੀਰ ਨੇ ਬਣਾਤਾ ਦਾਵੜਾ ਜਿਹਾ ਇਹਦਾ ਅਤੇ ਕੁਛ ਛਿੱਲ ਕੇ ਪਾਤੀਆਂ, ਕੁਛ ਸਾਬਤੀਆਂ ਪਾਤੀਆਂ ਅੰਬੀਆਂ, ਅਤੇ ਉਸ ਤੋਂ ਬਾਅਦ ਵਿੱਚ ਇੱਧਰ ਹੁਣ ਪਿਆਜ਼ ਪਿਓ ਚੀਰ ਲਏ, ਪਿਆਜ਼ ਚੀਰ ਦੇਣਾ, ਪਿਆਜ਼ ਲਸਣ ਅਲਮ ਗਲਮ ਜਿਹਾ ਹੁਣ ਪਹਿਲਾਂ ਕੁੱਟੂਗੀ ਮਾਮੀ ਇਹਨੂੰ ਵਿੱਚੇ, ਹੁਣ ਲੂਣ ਨਾਣ ਕਰ ਸਾਰਾ ਕੁਛ ਹੈ ਨਾ, ਹਾਂ ਇਹ ਵੀ ਜਿਹੜਾ ਕੁੰਡੇ ਦੇ ਵਿੱਚ ਕੁੱਟ ਕੇ ਆਪਾਂ ਪਾਉਣਾ ਸਾਰਾ ਕੁਛ ਨਾ, ਉਹਦਾ ਸਵਾਦ ਸਾਰਾ ਵੱਖਰਾ ਹੀ ਹੈ, ਉਹਦਾ ਸਵਾਦ ਵੱਖਰਾ ਹੀ ਹੈ। ਲੂਣ ਬਾਕੀ ਬਾਕੀ ਦੇਖ ਕੇ ਪਾਵਾਂਗੇ ਕਿਉਂਕਿ ਉਹਦਾ ਮਿੱਠੇ ਦੇ ਮਿੱਠੇ ਖੱਟੇ ਪਾਉਣ ਦਾ ਨਹੀਂ ਪਤਾ ਕਿੰਨਾ ਕੁ ਹਲ ਉਹ। ਅੱਛਾ ਹਲਦੀ ਵੀ ਵਿੱਚੇ ਪਾ ਦੇਣੀ ਹੈ, ਚਲੋ ਠੀਕ ਹੈ ਵੀ ਡਨ ਹੋ ਗਿਆ ਕੰਮ। ਜੀਰਾ ਜੂਰਾ ਵੀ ਬਾਅਦ 'ਚ ਵਿੱਚੇ ਰੜਕਣਾ, ਅੱਛਾ ਜੀਰਾ ਵੀ ਪਾ ਦੇਣਾ ਵਿੱਚ ਆ ਗਿਆ, ਮੇਥੇ ਵੀ ਪਾ ਦੇ ਵਿੱਚ ਉਹ, ਚਲੋ ਜੀਰਾ ਵੀ ਪੈ ਗਿਆ। ਨਾ ਨਾ ਥੋੜ੍ਹੇ ਉਹ ਕੁਆਨੀ 'ਚ ਕੜੇ ਤਾਂ ਮਿੱਠਾ ਪਾ ਦੇਣਾ ਆਪਾਂ ਨੇ ਵਿੱਚ, ਇੰਨਾ ਕੁਛ ਪਾ ਦੇਣਾ ਵਿੱਚ, ਅਤੇ ਹੁਣ ਵਿੱਚ ਪਿਆਜ਼ ਪਾਉਣੇ ਹੈ, ਲਾਲ ਮਿਰਚ ਅੰਦਰ ਪਈ ਹੈ ਨਾ, ਖੜ ਜਾ ਮੈਂ ਲੈ ਕੇ ਆਉਂਦਾ, ਮੈਂ ਖੜ ਜਾ ਹੁਣ ਚੱਕ ਕੇ ਲਿਆਉਂਦਾ ਇੱਕ ਮਿੰਟ ਦੇ ਬਸ ਮੰਮੀ ਮੈਨੂੰ। ਮੰਮੀ ਇੰਨੀਆਂ ਕੁ ਬਹੁਤ ਦੇਖਦਾ, ਬਾਕੀ ਦੇਖ ਲਾ ਤੂੰ ਹੁਣ ਕਰ, ਲੱਗਣੇ ਵਾਲੀਆਂ ਮਿਰਚਾਂ ਨਹੀਂ ਲੱਗਦੀਆਂ ਹਨਾ, ਠੀਕ ਹੈ ਮੰਮੂ ਕੱਟੇ ਰੱਖ ਲਾ, ਪਾ ਦੇ ਪਾ ਦੇ ਮੰਮੀ ਪਾ ਦੇ ਪਾ ਦੇ ਤੂੰ ਦੇਖੀ ਜਾਊਗੀ, ਬਸ ਬਸ ਥੋੜਾ ਜਿਹਾ ਪਾਣੀ ਪਾ ਦੂੰਗਾ ਵਧਾ ਦੂੰਗਾ, ਹੋਰ ਕਿਆ ਕਰਨਾ, ਇਹ ਇੰਨੀਆਂ ਨੀ ਮੰਮੀ ਪਾ ਹੋਰ, ਮੈਂ ਦੇਖੂਗਾ ਕੋਈ ਗੱਲ ਨੀ, ਤੈਨੂੰ ਪਤਾ ਮਿਰਚਾਂ ਖਾਣੇ ਵਾਲਾ ਬੰਦਾ ਮੈਂ, ਮਾਸੀ ਮਿਰਚ ਨੀ ਨਾ ਜ਼ਿਆਦਾ ਖਾਂਦੇ ਤੁਸੀਂ ਸਮਝੋ, ਉਹ ਮਾਸੀ ਦਾ ਮਿੱਠਾ ਜਿਹਾ ਪਾ ਕੇ ਦੇ ਦੇਣਾ ਆਪਾਂ ਨੇ ਥੋੜਾ ਜਿਹਾ, ਕੱਟ ਪਾਉਣੀਆਂ, ਚਲ ਕੱਟ ਕਰੋ, ਚਲੋ ਤੁਹਾਡੀ ਮਰਜ਼ੀ, ਮੈਂ ਤਾਂ ਰੱਖਿਆ ਫਿਰ ਅੰਦਰ ਭਾਈ, ਇਹ ਬੰਦ ਕਰਿਆ ਉਹਨਾਂ ਨੂੰ ਜਾ ਕੇ ਮੋਕਣੀ, ਲੈ ਬਾਈ ਲੈ ਹੜ ਇਹਨੂੰ ਕੁੱਟ, ਇਹਨੂੰ ਪਹਿਲਾਂ ਕੁੱਟ ਦੇਣਾ ਮੈਂ, ਫਿਰ ਪਿਆਜ਼ ਪਾਊਂਗੀ ਬਾਅਦ 'ਚ, ਸਾਰਾ ਤੜਕਾ ਤਿਆਰ ਕਰਕੇ ਤੜਕਾ ਲਾਉਣ ਲੱਗੇ ਬਸ ਮੈਨੂੰ ਫਿਰ ਬੁਲਾ ਲਿਓ, ਓਕੇ ਡਨ ਸੁਖਵੀਰ ਕੌਰ, ਓਕੇ ਆ ਤੁਹਾਡੀ ਹਰ ਕੱਦੂ ਜਦੋਂ ਬਣ ਜੂਗਾ, ਮੈਂ ਮਾਰਾ ਮਾਮੇ ਰਹਾਂਗਾ ਗੱਲਾਂ ਦੋ ਮਿੰਟ ਕਰਕੇ। ਉਹ ਫਿਰ ਮਾਮੂ ਕਿੱਦਾਂ ਤਾਂ ਚਟਣੀ ਖਾਧੀ ਦੀ, ਕਿਆ ਕਹਿੰਦੀ ਚਟਣੀ ਤੈਨੂੰ, ਬਹੁਤ ਵਧੀਆ, ਨਾਲੇ ਕਹਿੰਦੇ ਤੇਰੀ ਜੜ ਦਿਖਾਉਣ ਲੱਗ ਗਈ, ਉਹ ਖਟਿਆਈ ਲੱਗਦੀ ਹੈ ਜੜ ਨੂੰ ਹੈ ਨਾ, ਉਹੀ ਚੱਕਰ ਹੈ। ਮਾਸੀ ਅੱਜ ਫਿਰ ਬੌਂਜੀ ਤੈਨੂੰ ਕਿੰਨੇ ਟਾਈਮ ਬਾਅਦ ਖਾਣ ਨੂੰ ਮਿਲਣੀ ਹੈ, ਤਕਰੀਬਨ 20 ਸਾਲ ਬਾਅਦ, ਹਾਏ ਤੇਰਾ ਭਲਾ ਹੋ ਜੇ, ਚੱਲ ਅੱਜ ਫਿਰ ਤੈਨੂੰ ਬੌਂਜੀ ਖਿਲਾ ਕੇ ਪੁੱਛਾਂਗੇ, ਨਾਲੇ ਤੈਨੂੰ ਚਟਣੀ ਖਿਲਾਵਾਂਗੇ, ਫਿਰ ਸਾਰਾ ਸਵਾਦ ਦੱਸਣਾ, ਠੀਕ ਹੈ, ਓਕੇ ਡਨ। ਲਓ ਜੀ ਸਾਰਾ ਕੁਛ ਜਿਹੜਾ ਇੱਥੇ ਮਾਮੀ ਨੇ ਕੁੱਟ ਕੇ ਬਣਾ ਤਾ ਇਹਦਾ ਕੁਚਲ ਮਚੋਲੂ, ਹੈਂ ਅੱਛਾ ਹੁਣ ਇੱਧਰ ਵੀ ਪਾਉਣਾ ਜੀਰਾ ਥੋੜ੍ਹਾ ਜਿਹਾ ਵਿੱਚ ਦੇ, ਇੱਕ ਲੱਕੜੀ ਦੇ ਦਿੰਦਾ ਹੁਣ ਖੜ੍ਹ ਜਾ ਇੱਕ ਮਿੰਟ, ਲੱਕੜੀ ਵੀ ਪਾਉਣੀ ਪੈਣੀ, ਓਕੇ ਖੜ੍ਹ ਜਾ ਲਓ, ਲਓ ਉਹ 'ਚ ਤੇਲ ਪਾ ਕੇ ਵਿੱਚ ਉਹਦੇ ਥੋੜ੍ਹਾ ਜਿਹਾ ਜੀਰਾ ਗੇਰ ਕੇ ਮਾੜਾ ਜਿਹਾ ਭੁੰਨਣਾ ਜੀਰੇ ਨੂੰ, ਹੈਂ ਮਸਾਲਾ ਪਾ ਕੇ ਨੂਣ ਮਿਰਚ ਪਾ ਕੇ ਵਿੱਚ, ਬਾਕੀ ਮੌਕੇ ਦੇ ਸਵਾਦ ਅਨੁਸਾਰ ਨੂਣ ਵਧਾ ਸਕਦੇ ਜਾਂ ਮਿੱਠਾ ਵਧਾ ਸਕਦੇ, ਹੈਂ ਹਾਂ ਤਾਂ ਤੇਰਾ ਤੇਲ ਹੀ ਨਹੀਂ ਗਰਮ ਹੋਇਆ ਹੈਗਾ, ਹਾਂ ਸੁਖਵੀਰ ਨਾਮ ਟੁੱਟ ਗਿਆ ਤੇਰਾ, ਉੱਧਰ ਨੂੰ ਚਲੇ ਗਈ ਤੂੰ, ਮਾਸੀ ਨਾਲ ਕਰ ਗੱਲਾਂ, ਖੜ ਜਾ ਮੈਂ ਮਾਸੀ ਤੋਂ ਬਾਹਰ ਥੋੜ੍ਹੋ ਗੱਲਾਂ ਕਰੂੰਗੇ, ਮੈਨੇ ਤਾਂ ਤੁਸੀਂ ਬਾਟੇ ਇੰਨੀ ਪਾਤੀ ਕਦੇ ਇੱਧਰ ਨੂੰ ਆ ਕਦੇ ਉੱਧਰ ਨੂੰ ਜਾ, ਹੈਂ ਮਾਸੀ ਇਹ ਤੂੰ ਮੇਰੀ ਬਹੂ ਨੂੰ ਨਸ਼ੇ ਮਿਲਾ ਦੀ ਤੈਨੂੰ ਦੱਸਾਂ ਮੈਂ, ਕਦੇ ਮੇਰੀ ਪੁੱਠੀ ਮੱਤ ਇਹਨਾਂ ਦੀ ਚੰਗੀ ਮੱਤ ਦੇ ਦੀ ਇਹਨੂੰ ਕੋਈ, ਇਹਨੂੰ ਕਿਹਾ ਕਰਕੇ ਕੰਮ ਕਰਿਆ ਕਰ ਮਾੜਾ ਮੋਟਾ ਵੀ ਤੇਰਾ ਸਰੀਰ ਹੌਲਾ ਹੋਊਗਾ, ਤੈਂ ਕਿੱਥੇ ਦੇਖੀ ਆ ਤੇ ਮੇਰੇ ਪੱਲੇ ਪਈ ਵੀ ਮੈਨੂੰ ਪੁੱਛ ਕੇ ਦੇਖ, ਮਾਲਕ ਟੀਵੀ ਦਾ ਮੈਨੂੰ ਨੀ ਪਤਾ, ਬਸ ਐਂ ਕਹਿੰਦੀ ਆ ਵੀ ਕੋਈ ਨਾ ਪੁੱਤ ਧੁੱਫੇ ਕੰਨਾ ਕਰ, ਨੇ ਤੈਨੂੰ ਗੋਡੇ ਥੱਲੇ ਲੈ ਕੇ ਰੱਖ, ਮਾਸੀ ਦੇਖ ਲਾ ਤੂੰ ਮੱਤਾਂ ਗਲਤ ਦਿੰਦੀ ਹੈ, ਦੇਖ ਲਾ ਆਪਣੀ ਨੂੰਹ ਨੂੰ, ਹਾਂ ਸੁਖਵੀਰ ਫਿਰ ਤੂੰ ਝੂਠ ਬੋਲਦੀ ਹੋਣੀ, ਫਿਰ ਮਤਲਬ ਇਹ ਕਹਿਣ ਦਾ ਮਤਲਬ ਵੀ ਇਹਦਾ ਕਹਿਣ ਦੀਆਂ ਗੱਲਾਂ ਦੇ ਵਿੱਚ ਆਹ ਮਤਲਬ ਆ ਇਹਦੀਆਂ ਗੱਲਾਂ ਦੇ ਵਿੱਚ ਵੀ ਸਿੱਧਾ ਨੀ ਗਿਆ, ਚਲ ਬਈ ਚਲ ਕੋਈ ਨੀ ਮਾਮੀ, ਮਾਸੀ ਖਿਆਲ ਰੱਖੀ ਹੁਣ ਕੋਈ ਗੱਲ ਨੀ, ਤੇਰੇ ਵਿਆਹ ਨੂੰ ਮੈਂ ਹੀ ਕੰਮ ਆਉਣਾ, ਸੁਖਵੀਰ ਨੇ ਤਾਂ ਆਪਣਾ ਘਰਾਂ ਬੈਠਾ ਰਹਿਣਾ, ਹਾਂ ਪਾਇਆ ਨੀ ਹਲ,
अच्छा तेल कढ़ना था बन गई पा दे अच्छा वो भी लड़ गया बिचे मसाला गिर देना है कुंडे का कुटिया मसाला क्या बात खुशबू आने लगी मम्मी अभी कर ला साफ जा अच्छा पानी जो पाके कैन लगा तेन है ना ये चक कैन पानी वाली अग भी सोनी बल गई मम्मी हूं तो होर लाते तिंबड़ी जी ठीक है मामी बेचारी कही जाए कम लाता के है ना सुबीर गल कली नी कम कर दी औखे थोड़े जे मामी औखा ही करा कई बार मामी का दिमाग च आ गया भी आ गई ओहो हूं मैं सारी दाड़ी कम करना पैना ओहो तीन चार पिंड केबल का कम है मैं सुनता हूं जनानिया दल जनानिया मैं केबल वास्ते जो कर दी फोन करके इधर कितने चले जा तू आए फलाना ढिमकाम का वह फिर मेरे को जल्दी गल कर लग जा आई कर दी फलानी ढिमकी आए हैं अमका आए हैं वाहगुरु चढ़ गई मिर्चा जी धमाख जी हाँ बंदे तो कुछ भी नहीं कहते बेचारे तो दिहाड़ी पर गए पे जनानी दुख दुख कर दी भाई चढ़ाती मामी ने तो मैं धमाख मामी हूँ ये क्या करना हूँ तू मैं फटा दट दस वीडियो बंद लगे कर मैं हाँ पा देने अंब है ना ते बाकी लून मिर्च नाल देख लेना खट्टे दे नाल इहदे विच जिहड़ी आ ओह पई आ शक्कर पई आ तां शक्कर पा देनी थोड़ी जिही बाद च भाई ठीक है स्वाद अनुसार तुसीं शक्कर पा लिओ जी मिलदे आ किसे अगली वीडियो विच परमात्मा तुहानूं सारिआं नूं चढ़दी कला च रखे सुखबीर थोड़ी ज़्यादा बोलदी मैं माड़ा जिहा पुछ लवां उहनूं क्या कहिंदी आ।